ਇੱਦਾਂ ਨਾ ਲੋਕ ਮਤਲਬ ਕਿ ਲੁਧਿਆਣੇ ਦੇ ਮੱਥਾ ਟੇਕਣ ਜਾਂਦੇ ਜੀ ਦਰਬਾਰ ਸਾਹਿਬ ਅਤੇ ਆਪਣੀ ਸ਼ੋਪ ਹੈਗੀ ਹੈ ਬਹੁਤ ਪੁਰਾਣੀ ਸ਼ੋਪ ਹੈ ਮਤਲਬ ਤੋਂ 35-40 ਸਾਲ ਹੋ ਗਏ ਇੱਧਰ ਅਤੇ ਸਾਨੂੰ ਰੈਕਮੈਂਡ ਹੀ ਆਈ ਸੀ ਵੀ ਤੁਸੀਂ ਲੁਧਿਆਣੇ ਆਓ ਲੁਧਿਆਣੇ ਆਓ ਅਤੇ ਸਾਨੂੰ ਕਿਸੇ ਨੇ ਲੁਧਿਆਣੇ ਦੇ ਬੰਦੇ ਨੇ ਰੈਕਮੈਂਡ ਕੀਤੀ ਸ਼ੋਪ ਲੈ ਕੇ ਦਿੱਤੀ ਸਾਨੂੰ ਅਸੀਂ ਸ਼ੁਰੂਆਤ ਕੀਤਾ ਲੁਧਿਆਣੇ 'ਚ ਕੁਲਚਾ ਲਿਆਉਣ ਵਾਲੇ ਪਹਿਲੇ ਅਸੀਂ ਹੈਗੇ ਹਾਂ ਮਤਲਬ ਲੋਕ ਪਹਿਲੇ ਨਾਨ ਵਗੈਰਾ ਖਾਂਦੇ ਸੀਗੇ ਕੁਲਚੇ ਸ਼ੁਰੂਆਤ ਅਸੀਂ ਕੀਤੀ ਆ ਲੋਕਾਂ ਨੂੰ ਵੀ ਟੇਸਟ ਲੱਗਿਆ ਹੁਣ ਲੋਕ ਖੁਸ਼ ਹੁੰਦੇ ਵੀ ਖਾ ਕੇ ਕੁਲਚਾ ਵੀ ਸਾਨੂੰ ਅੰਮ੍ਰਿਤਸਰ ਜਾਣਾ ਨਹੀਂ ਪੈਂਦਾ ਖਾਣ ਵਾਸਤੇ ਅਸੀਂ ਸਪੈਸ਼ਲ ਇੱਧਰ ਆਉਂਦੇ ਖਾਣ ਨੂੰ ਭਾਅ ਜੀ ਆਪਣੀ ਅੰਮ੍ਰਿਤਸਰ ਦੀ ਸ਼ੋਪ ਦਾ ਨਾਮ ਦੱਸ ਦਿਓ ਕੁਲਚਾ ਲੈਂਡ ਹੈ ਭਾਅ ਜੀ ਸੇਮ ਇਹ ਨਾਂ ਆਪਣਾ ਰਜਿਸਟਰਡ ਆ ਜਿਹੜੀ ਮਰਜ਼ੀ ਦੁਕਾਨ ਚਲ ਜਾਓ ਕੁਲਚਾ ਲੈਂਡ ਰਜਿਸਟਰਡ ਆ ਜਿੱਥੇ ਕੁਲਚਾ ਲੈਂਡ ਲਿਖ ਕੇ ਨਾਮ ਮਿਲ ਗਿਆ ਨਾ ਤੁਹਾਨੂੰ ਉੱਥੇ ਬ੍ਰੇਕ ਮਾਰ ਲਿਓ ਸੇਮ ਫੇਰ ਸੇਮ ਕੁਆਲਿਟੀ ਅਤੇ ਸੇਮ ਹੀ ਮਿਲੂਗੀ ਤੁਹਾਨੂੰ ਭਾਅ ਜੀ ਇੱਥੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਸਾਨੂੰ ਇੱਥੇ ਭਾਅ ਜੀ ਘੱਟੋ ਤਕਰੀਬਨ 13-14 ਸਾਲ ਹੋ ਗਏ ਭਾਅ ਜੀ 13-14 ਸਾਲ ਹਾਂਜੀ ਹਾਂਜੀ ਐਂਡ 13-14 ਸਾਲ ਤੋਂ ਉਹੀ ਸੇਮ ਕੁਆਲਿਟੀ ਸੇਮ ਟੇਸਟ ਭਾਅ ਜੀ ਕੁਆਲਿਟੀ ਉਹਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਕਿਉਂਕਿ ਸਾਡਾ ਕੰਮ ਹੈ ਗਾਹਕ ਨੂੰ ਵਧੀਆ ਚੀਜ਼ ਪਾਉਣੀ ਰਿਪੀਟ ਗਾਹਕ ਤਾਂ ਹੀ ਆਉਂਦਾ ਸਾਡਾ ਰੱਬ ਵੀ ਕਹਿੰਦਾ ਵੀ ਸਰਦਾਰਾ ਸਿੱਖਾ ਜੀ ਹੁੰਦਾ ਵੀ ਵਧੀਆ ਚੀਜ਼ ਖਵਾਈਏ ਗਾਹਕ ਨੂੰ ਪੈਸੇ ਵੱਲੋਂ ਕੁਛ ਨਹੀਂ ਕਰਦੇ ਗਾਹਕ ਆਪਣੇ ਆਪ ਦੇ ਜਾਂਦਾ ਪਹਿਲੇ ਸ਼ੁਰੂਆਤ ਤੁਸੀਂ ਇੱਥੇ ਇਹਨਾਂ ਨਾਲ ਹਾਂਜੀ ਹਾਂਜੀ ਭਾਈ ਸ਼ੁਰੂਆਤ ਤੇ ਸੀ ਭਾਅ ਜੀ ਮੈਨੂੰ ਗੱਲ ਦੱਸੋ ਕਿ ਇੰਨੀ ਦੇਰ ਹੋ ਗਈ ਤੁਹਾਨੂੰ ਵੀ ਇੱਥੇ ਇਹਨਾਂ ਨਾਲ ਜੁੜੇ ਆ ਇੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਹੋਇਆ ਹਾਂਜੀ ਹਾਂ ਤੇ ਕੋਈ ਇੱਥੇ ਕੋਈ ਸਿੰਗਰ ਵਗੈਰਾ ਕੋਈ ਫੇਮਸ ਬੰਦਾ ਵੀ ਆਇਆ ਤੁਹਾਡੇ ਕੋਲ ਇੱਥੇ ਇੱਥੇ ਭਾਈ ਫੇਮਸ ਸਿੰਗਰ ਸਿੱਧੂ ਮੂਸੇਵਾਲਾ ਲੇਟਰ ਸੀ ਜਿਹੜਾ ਹੁਣ ਅੰਦਰ ਆਉਂਦਾ ਉਹ ਅੱਛਾ ਲੁਧਿਆਣੇ ਹਾਂਜੀ ਹਾਂਜੀ ਸਿੱਧੂ ਮੂਸੇਵਾਲੇ ਹੋ ਗਏ ਰਣਜੀਤ ਬਾਵਾ ਹੋ ਗਿਆ ਪ੍ਰਭ ਗਿੱਲ ਹੋ ਗਏ ਇਹ ਸਭ ਫੇਮ ਕੋਈ ਨਾ ਐਕਚੁਅਲੀ ਅੰਮ੍ਰਿਤਸਰ ਨੂੰ ਖਾਂਦੇ ਰਹਿੰਦੇ ਆ ਉੱਥੇ ਪੁੱਛੇ ਜਾਂਦੇ ਉਹਨਾਂ ਦੇ ਰੈਕਮੈਂਡ ਤੇ ਅਸੀਂ ਥਰੂ ਇੱਧਰ ਆਏ ਹਾਂ ਹਾਂਜੀ ਹਾਂਜੀ ਭਾਅ ਜੀ ਅੱਜ ਸਾਨੂੰ ਵੀ ਟੇਸਟ ਕਰਵਾਓਗੇ ਤੁਹਾਨੂੰ ਭਾਅ ਜੀ ਇੱਕ ਅੰਮ੍ਰਿਤਸਰੀ ਕੁਲਚਾ ਖਵਾਉਂਦਾ ਜਿਹ 'ਚ ਆਲੂ ਗੋਭੀ ਪਿਆਜ਼ ਲਸਣ ਸਾਡਾ ਸਪੈਸ਼ਲ ਜਿਹੜੇ ਮਸਾਲੇ ਜਿਹੜਾ ਅੰਮ੍ਰਿਤਸਰ ਉਹ ਤਿਆਰ ਹੁੰਦੇ ਆ ਇੱਥੇ ਅਸੀਂ ਕੁਛ ਬੱਚੇ ਨਹੀਂ ਕਰਦੇ ਨਾਲੇ ਕਿ ਤੁਹਾਨੂੰ ਜੈਨ ਕੁਲਚਾ ਖਾਵਾਂਗੇ ਜਿਹਨੇ ਘੱਟ ਪਿਆਜ਼ ਖਾਣਾ ਵਿਦਾਊਟ ਪਿਆਜ਼ ਕਿਉਂਕਿ ਆਪਣੇ ਜਿਹੜੇ ਛੋਲੇ ਆ ਬਿਨਾਂ ਪਿਆਜ਼ ਅਤੇ ਲਸਣ ਤੋਂ ਤਿਆਰ ਹੁੰਦੇ ਆ ਅਤੇ ਭਾਅ ਜੀ ਇੱਕ ਲੱਸੀ ਬੜਾ ਨਾਮ ਲੱਸੀ ਭਾਅ ਜੀ ਆਪਣੀ ਸਪੈਸ਼ਲ ਬਣਦੀ ਹੈ ਫਲੇਵਰ ਪੈਂਦਾ ਜੇ ਆਪਣਾ ਅੰਮ੍ਰਿਤਸਰੋਂ ਆਉਂਦਾ ਇੱਥੇ ਦੁੱਧ ਅਤੇ ਦਹੀਂ ਪਾਣੀ ਵੀ ਕੋਈ ਯੂਜ਼ ਨਹੀਂ ਕਰਦੇ ਜ਼ਰੂਰ ਜ਼ਰੂਰ ਭਾਅ ਜੀ अभी जैन कुलचा लगाया आपके लिए जैन कुलचा की खासियत क्या है बिना प्याज लहसुन के होता है क्या ये जैन ही मिल गया ना हाँ जी हाँ जी ये आपके अमृतसर वाली ब्रांच में भी मिलता है वैसे कि यहीं पे है? नहीं वहाँ भी मिलता है वहाँ भी मिलता है स्पेशल लगवाना पड़ेगा वहाँ पे दो तंदूर लगे हुए हैं भरे हुए हैं क्या क्या अपना जैन कुलचा हो गया तैयार ਮੇਰਾ ਨਾਮ ਵੀਪੀ ਸਿੰਘ ਜੀ ਸਰ ਜੀ ਲਾ ਰਿਹਾ ਸਾਰਿਆਂ ਨੂੰ ਆਈ ਮੀਨ ਕੁਲਚੇ ਸਾਰਿਆਂ ਨੂੰ ਕੁਲਚਿਆਂ ਨੂੰ ਜੀ ਸਾਰਿਆਂ ਨੂੰ ਮੱਖਣ ਨਹੀਂ ਲਾ ਸਕਦੇ ਅਸੀਂ ਤੇ ਸਾਰਿਆਂ ਨੂੰ ਮੱਖਣ ਲਾਉਣ ਡਾ ਪਿਆ ਤੇ ਅਸੀਂ ਫਿਰ ਕੀ ਕਰਾਂਗੇ ਜੈਨ ਕੁਲਚਾ ਦਾ ਬਣ ਗਿਆ ਕਾਫੀ ਜੈਨ ਕੁਲਚਾ ਹੀ ਲੱਗ ਰਿਹਾ ਬੜੀ ਇਹਨਾਂ ਚੋਂ ਮੈਨੂੰ ਨਹੀਂ ਨਹੀਂ ਜੈਨ ਕੁਲਚਾ ਨਹੀਂ ਹੈ ਅੰਮ੍ਰਿਤਸਰੀ ਕੁਲਚੇ ਹੈ ਜੈਨ ਵਾਲੇ ਤੇ ਮੈਂ ਦੇਖੋ ਉੱਪਰ ਉਹ ਪਾਇਆ ਹੋਇਆ ਤੁਸੀਂ ਅੱਜ ਜੀਰਾ ਲਗਾਇਆ ਹੋਇਆ ਜੀ ਹਲਕਾ ਜਿਹਾ ਲਿਟਰਲੀ और दूसरा कौन सा भी लगने लगा साथ में खाने के लिए अमृतसरी कुलचा मिक्स होता है आलू गोभी प्याज मिक्स होता है हाँ जी अभी लगाया हुआ काफी लगे हुए उनमें से एक ਚੁੱਕੋ ਜੀ ਚੁੱਕੋ ਤਿੰਨ ਨੰਬਰ ਅੰਮ੍ਰਿਤਸਰੀ ਕੁਲਚਾ ਭੇਜਣਾ ਛੋਲੇ ਛੋਲੇ ਭਾਅ ਜੀ ਆਪਣੇ ਤਿਆਰ ਹੁੰਦੇ ਆ ਤੰਦੂਰ ਤੇ ਲੱਕੜ ਕੋਲੇ ਤੇ ਇਹ ਫਿਰ ਅਜੇ 5 ਵਜੇ ਧਰਦੇ ਆ ਤੇ 8:30 ਤੋਂ ਦੇ ਆਪਣੇ 3:30 ਘੰਟੇ ਲਾ ਦੇ ਆ ਅੰਮ੍ਰਿਤਸਰ ਵੀ ਇੱਦਾਂ ਹੀ ਮੰਨਦੇ ਹਾਂਜੀ ਹਾਂਜੀ ਸੇਮ ਸੇਮ ਟਾਈਮ ਟੇਸਟ ਆ ਹਾਂਜੀ ਆਪਣਾ ਸੈਕਿੰਡ ਬੈਚ ਕਰ ਲਿਆ ਇਹ ਕਿਹੜਾ ਬੈਚ ਕਰਦਾ ਅੰਮ੍ਰਿਤਸਰੀ ਕੁਲਚਾ ਆਈ ਹੈ ਅੰਮ੍ਰਿਤਸਰ ਕੀ ਆ ਬੈਸਟ ਹੈ ਆਪਾਂ ਟੇਸਟ ਕਰ ਲਿਆ ਵੈਲਕਮ ਆ ਜੀ ਅਨਪ੍ਰੈਡਿਕਟੇਬਲ ਸੁਪਰੀਪ ਤੇ ਅੱਜ ਮੈਂ ਆਇਆ ਕੁਲਚਾ ਲੈਣ ਅੰਮ੍ਰਿਤਸਰ ਵਾਲੇ ਤੇ ਨਹੀਂ ਲੁਧਿਆਣੇ ਵਾਲੇ ਤੇ ਐਂਡ ਲੁਧਿਆਣੇ ਵਾਲੇ ਨੇ ਵੀ ਇੰਨਾ ਗਾਹ ਆਇਆ ਹੋਇਆ ਅੰਮ੍ਰਿਤਸਰ ਵਾਲਿਆਂ ਨੇ ਪੁੱਛੋ ਨਾ ਯਾਰ ਮਾਡਲ ਟਾਊਨ ਦੇ ਵਿੱਚ ਟਿਊਸ਼ਨ ਮਾਰਕੀਟ ਦੇ ਨਾਲ ਹੀ ਇਹਨਾਂ ਦਾ ਸ਼ਾਪ ਹੈ ਐਂਡ 12 ਤੋਂ 13 ਸਾਲ ਹੋ ਗਏ ਇਹਨਾਂ ਨੂੰ ਸ਼ਾਪ ਖੋਲੇ ਐਂਡ ਬਹੁਤ ਹੀ ਅਮੇਜ਼ਿੰਗ ਕੁਲਚਾਸ ਹੈ ਇਹਨਾਂ ਦੇ ਯਾਰ ਲੁਧਿਆਣਾ ਦੇ ਵਿੱਚ ਇੰਨੇ ਕੁ ਜ਼ਿਆਦਾ ਫੇਮਸ ਹੈ ਕਿ ਹਰ ਲੁਧਿਆਣਵੀ ਜਦੋਂ ਵੀ ਕੋਈ ਬਾਹਰੋਂ ਗੈਸਟ ਆਉਂਦਾ ਨਾ ਉਹ ਕਹਿੰਦੇ ਕੁਲਚਾ ਖਾਣਾ ਚਲੋ ਜੀ ਕੁਲਚਾ ਲੈਣ ਚਲਦੇ ਹਾਂ ਆਪਾਂ ਫਿਰ ਮਾਡਲ ਟਾਊਨ ਵਾਲੇ ਉੱਥੇ ਹੀ ਆਉਂਦੇ ਆ ਅਤੇ ਇੱਥੇ ਹੀ ਆਪਾਂ ਅੱਜ ਆਏ ਹੋਏ ਹਾਂ ਮੇਰੇ ਕੋਲ ਹੈਗੇ ਆ ਦੋ ਸਪੈਸ਼ਲ ਕੁਲਚਾਸ ਹੈ ਇਹਨਾਂ ਦੇ ਜਿਹਦੇ ਵਿੱਚ ਹੈਗਾ ਇੱਕ ਅੰਮ੍ਰਿਤਸਰੀ ਕੁਲਚਾ ਕ੍ਰਸ਼ ਕੀਤਾ ਸੀ ਨਾ ਜਦੋਂ ਦੇਖ ਕੇ ਮਜ਼ਾ ਆ ਗਿਆ ਸੀ ਯਾਰ ਮੂੰਹ 'ਚ ਪਾਣੀ ਆਇਆ ਮੇਰੇ ਕੋਲ ਵੇਟ ਨਹੀਂ ਹੋ ਰਹੀ ਕਿ ਸਪੈਸ਼ਲ ਇਹਨਾਂ ਦਾ ਜੈਨ ਕੁਲਚਾ ਉੱਪਰ ਜੈਨ ਵਗੈਰਾ ਪਾਈ ਹੋਈ ਹੈ ਜੀਰਾ ਪਾਇਆ ਹੋਇਆ ਮੈਂ ਤੁਹਾਨੂੰ ਫਟਾਫਟ ਟੇਸਟ ਕਰਕੇ ਦੱਸਦਾ ਜਿਹੜੇ ਇਹਨਾਂ ਦੇ ਛੋਲੇ ਉਹ ਵੀ ਬੜੇ ਅਮੇਜ਼ਿੰਗ ਹੈ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜੇ ਛੋਲੇ ਸਵੇਰੇ 5 ਵਜੇ ਕਾੜਾ ਨੂੰ ਲਾ ਦਿੰਦੇ ਆ ਯਾਰ ਐਂਡ
ਲਾਉਂਦੇ ਵੀ ਪਤਾ ਕਿਤੇ ਲੱਕੜ ਦੀ ਆਦਤ ਹੈ। ਵਾਹ ਹੋ ਮੈਨ, ਇਟਸ ਰੀਲੀ ਅਮੇਜ਼ਿੰਗ। ਟੇਸਟ ਕਰਕੇ ਦੱਸਦਾ ਤੁਹਾਨੂੰ, ਫਸਟ ਬਾਈਟ ਆਪਣੀ ਰੈਡੀ ਹੋ ਗਈ ਹੈ। ਬੱਟ ਕੱਟੇ ਹੋਏ ਯਾਰ, ਅੰਮ੍ਰਿਤਸਰੀ ਕੁਲਚਾ ਤਾਂ ਇੰਨਾ ਕੁ ਅਮੇਜ਼ਿੰਗ ਹੈ। ਅੰਦਰ ਤੁਹਾਨੂੰ ਆਲੂ, ਪਿਆਜ਼, ਗੋਭੀ, ਪਨੀਰ, ਹਰ ਇੱਕ ਚੀਜ਼ ਦਾ ਟੇਸਟ ਆਏਗਾ। ਜੋ ਸਪੈਸ਼ਲ ਕਰੰਚੀਨੈਸ ਹੈ ਨਾ ਕੁਲਚੇ ਦਾ, ਉਹ ਬੜਾ ਅਮੇਜ਼ਿੰਗ ਹੈ। ਮੂੰਹ ਦੇ ਵਿੱਚ ਪਾਉਂਦੇ ਹਾਂ, ਖਚ 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 ਦੀ ਜਿਹੜੀ ਆਵਾਜ਼ ਆਉਂਦੀ ਹੈ ਨਾ, ਉਹ ਤਾਂ ਦਿਲ ਲੁੱਟ ਲੈਂਦੀ ਹੈ। ਮੈਂ ਤੁਹਾਨੂੰ ਸਪੈਸ਼ਲ ਜੈਨ ਕੁਲਚਾ ਟਰਾਈ ਕਰਕੇ ਦੱਸਦਾ, ਜਿਹਦੇ ਵਿੱਚ ਪਿਆਜ਼ ਨਹੀਂ ਹੈਗਾ। ਛੋਲਿਆਂ ਦੇ ਵਿੱਚ ਵੀ ਇਹਨਾਂ ਦੇ ਪਿਆਜ਼ ਨਹੀਂ ਹੈਗਾ। ਜੈਨੀਜ਼ ਲਈ ਸਪੈਸ਼ਲ ਹੈ ਇਹ ਕੁਲਚਾ। ਐਂਡ ਜਿਹੜੇ ਛੋਲੇ ਉਹ ਨੋਰਮਲੀ ਇੱਦਾਂ, ਉਹਦੇ 'ਚ ਪਿਆਜ਼ ਪਾਉਂਦੇ ਨਹੀਂ ਹੈਗੇ। ਤੁਹਾਨੂੰ ਫਟਾਫਟ ਇਹ ਵੀ ਟੇਸਟ ਕਰਕੇ ਦੱਸਦਾ, ਕਿਆ ਬਾਤ ਹੈ ਯਾਰ, ਬੜਾ ਅਮੇਜ਼ਿੰਗ। ਅੰਦਰ ਆਲੂ ਹੈ ਇਹਦੇ ਵਿੱਚ ਵੀ, ਪਿਆਜ਼ ਨੂੰ ਛੱਡ ਕੇ ਹਰ ਉਹ ਚੀਜ਼ ਹੈ। ਬਾਕੀ ਜਿਹੜੀ ਦੂਜੇ ਕੁਲਚਾ ਹੈਗੀ ਹੈ, ਐਂਡ ਜੈਨ ਦੇ ਵਿੱਚ ਨਾ ਸਪੈਸ਼ਲ ਪਾਈ ਨੇ ਗਏ ਸੀ। ਪਨੀਰ ਵਾਲਾ ਵੀ ਲੱਗਦਾ, ਪਰ ਆਪਾਂ ਆਲੂ ਵਾਲੇ ਲਗਵਾਇਆ, ਬਿਕੋਜ਼ ਪਨੀਰ ਵਾਲਾ ਬਹੁਤ ਹੈਵੀ ਹੋ ਸਕਦਾ ਸੀ। ਸੇਮ ਕਰੰਚੀਨੈਸ, ਮੈਂ ਕੋਲ ਵੇਟ ਨਹੀਂ ਹੋ ਰਹੀ, ਪਹਿਲਾਂ ਮੈਂ ਖਾਵਾਂ ਬਾਅਦ 'ਚ ਪਹਿਲਾਂ ਤਰੀਫ ਕਰਦਾ ਯਾਰ, ਇੰਨਾ ਅਮੇਜ਼ਿੰਗ ਹੈ। ਸੇਮ ਕਰੰਚੀਨੈਸ ਲੱਗਦਾ, ਪਰ ਜਿਹੜਾ ਜੀਰਾ ਪਾਇਆ ਥੋੜ੍ਹਾ ਬਹੁਤ ਹੀ ਅਮੇਜ਼ਿੰਗ ਟੇਸਟ ਆ ਰਿਹਾ। ਵੈਨ ਯੂ ਵਿਲ ਹੈਵ ਅ ਬਾਈਟ, ਤੁਹਾਨੂੰ ਜੀਰੇ ਦਾ ਪਹਿਲਾਂ ਟੇਸਟ ਆਊਗਾ, ਦੈਨ ਦਾ ਕਰੰਚੀਨੈਸ, ਦੈਨ ਦਾ ਇਨਰ ਫੀਲਿੰਗ ਜੋ ਵੀ ਹੈਗੀ ਹੈ। ਬਹੁਤ ਹੀ ਅਮੇਜ਼ਿੰਗ ਲੱਗਿਆ ਯਾਰ ਇੱਥੇ ਆ ਕੇ। ਇਹਨਾਂ ਦੇ ਕੁਲਚਾ ਜ਼ਰੂਰ ਟਰਾਈ ਕਰੋ ਜੇ ਤੁਸੀਂ ਨਹੀਂ ਕੀਤੇ। ਜੇ ਤੁਸੀਂ ਲੁਧਿਆਣੇ ਤੋਂ, ਆਮ ਸ਼ੋਰ ਤੁਸੀਂ ਕੀਤੇ ਹੋਣੇ ਆ। ਜੇ ਤੁਸੀਂ ਟਰਾਈ ਕੀਤੇ ਹੋਏ ਆ ਤਾਂ ਮੈਨੂੰ ਕਮੈਂਟ ਕਰਕੇ ਨੀਚੇ ਸੈਕਸ਼ਨ 'ਚ ਦੱਸਿਓ ਜ਼ਰੂਰ ਕਿਹੜੇ ਕਿਹੜੇ ਟਰਾਈ ਕੀਤੇ ਹੋਏ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਵੀਡੀਓ ਨੂੰ। ਹੁਣ ਆਪਾਂ ਮਿਲਦੇ ਹਾਂ ਜਲਦੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ, ਸੀ ਯੂ।